ਰਾਜਵੰਤ ਰਾਜ ਦਾ ਨੋਵਲ ਉਰੋਲੀ ਦੀ ਜੂਨ ਪਹਿਲਾ ਅੰਗ ਅਗਲਾ ਹਿੱਸਾ ਦੀਪਾ ਵੀ ਮਨੋਖੁਸ਼ ਹੋ ਗਿਆ ਅੱਜ ਦਾ ਦਿਨ ਉਸ ਲਈ ਬਹੁਤ ਚੰਗਾ ਚੜ੍ਹਿਆ ਸੀ ਉਹ ਆਪਣੇ ਤੇ ਲੱਗੇ ਇਲਜ਼ਾਮ ਤੋਂ ਵੀ ਬਰੀ ਹੋ ਗਿਆ ਸੀ ਤੇ ਨਾਲ ਹੀ ਉਹਦੀ ਰਿਹਾਇਸ਼ ਦਾ ਪ੍ਰਬੰਧ ਵੀ ਹੋ ਗਿਆ ਉਹਨੇ ਰੀਆ ਦਾ ਫੋਨ ਨੰਬਰ ਲੈ ਕੇ ਆਪਣਾ ਨੰਬਰ ਦਿੰਦਿਆਂ ਰੀਆ ਨੂੰ ਕਿਹਾ ਕਿ ਬੇਸਮੈਂਟ ਵਾਲਾ ਮੁੰਡਾ ਉਹਨੂੰ ਫੋਨ ਕਰ ਲਵੇ ਉਹ ਕੱਲ ਹੀ ਸਮਾਨ ਲੈ ਕੇ ਸ਼ਿਫਟ ਹੋ ਜਾਏਗਾ ਤੁਰਨ ਲੱਗਿਆ ਜਦੋਂ ਨਹੀਂ ਸਸੀ ਕਾਲ ਬੁਲਾਉਂਦੇ ਹੁਆ ਅਮਰਜੀਤ ਦੇ ਗੋਡੀ ਹੱਥ ਲਾਇਆ ਤਾਂ ਅਮਰਜੀਤ ਨੇ ਫਿਰ ਉਹਨੂੰ ਕਲਾਵੇ ਚ ਲੈ ਲਿਆ ਭਾਰੀ ਜੀ ਆਵਾਜ਼ ਚ ਕਹਿਣ ਲੱਗੀ ਜਿਉਂਦਾ ਰਹਿ ਮੇਰਾ ਪੁੱਤ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰੀ ਰੱਬ ਕਰੇ ਕਿ ਮੇਰਾ ਕੈਲਵੀ ਤੇਰੇ ਵਰਗਾ ਹੋ ਜਾਏ ਰਾਜੀ ਖੁਸ਼ੀ ਰਹੇ ਮੇਰੇ ਬੱਚਿਆ ਇਸ ਤੋਂ ਬਾਅਦ ਜੈਸਵੀ ਉੱਠ ਕੇ ਦੀਪੇ ਨੂੰ ਗਲੇ ਲਾ ਕੇ ਮਿਲੀ ਤੇ ਕਹਿਣ ਲੱਗੀ ਵੀ ਆਰ ਸੋ ਸੌਰੀ ਫਾਰ एवरीथिंग ਦੀਪਾ ਮਾਵਾਂਂਤੀਆਂ ਦੀ ਇੰਨੀ ਆਪਣਾਤ ਵੇਖ ਕੇ ਭਾਵੁਕ ਹੋ ਗਿਆ ਯਾਨ ਲਗਾ ਨਹੀਂ ਜੈਸ ਮੈਂ ਸਭ ਕੁਝ ਭੁੱਲ ਚੁੱਕਾ ਤੁਸੀਂ ਵੀ ਭੁੱਲ ਜਾਓ ਅੰਕਲ ਨੂੰ ਮੇਰੀ ਸੱਸੇ ਕਾਲ ਕਿਹੋ ਇਸ ਵਿੱਚ ਹੋਂ ਦੀਪ ਨੇ ਦੋਵੇਂ ਹੱਥ ਜੋੜ ਕੇ ਰੀਆ ਨੂੰ ਵੀ ਸੱਸੇ ਕਾਲ ਬੁਲਾਈ ਤੇ ਉੱਥੋਂ ਤੁਰ ਪਿਆ ਦੀਪਾ ਰਾਜ ਚੋਂਦਾ ਸੋਚ ਰਿਹਾ ਸੀ ਕਿ ਕਿਦਾਂ ਗੁਨਾਹਾਂ ਦਾ ਅਹਿਸਾਸ ਬੰਦੇ ਨੂੰ ਜੀਣ ਨਹੀਂ ਦਿੰਦਾ ਜਿਨ੍ਹਾਂ ਚਿਰ ਅਮਰਜੀਤ ਉਹਨੂੰ ਦੋਸ਼ੀ ਸਮਝਦੀ ਸੀ ਉਹ ਖੁਦ ਉਸ ਤੋਂ ਪਾਸਾ ਵੱਟਦੀ ਰਹੀ ਹੁਣ ਜਦੋਂ ਉਹਨੂੰ ਸੱਚਾਈ ਦਾ ਪਤਾ ਲੱਗਾ ਤਾਂ ਆਪਣੇ ਆਪ ਨੂੰ ਗੁਨਾਹਗਰ ਸਮਝਣ ਲੱਗ ਪਈ ਇਸੇ ਗੁਨਾਹ ਦੇ ਅਹਿਸਾਸ ਨੇ ਉਹਦਾ ਜੀਣਾ ਮੁਸ਼ਕਿਲ ਕਰ ਦਿੱਤਾ ਤੇ ਆਖਰ ਉਹਨੂੰ ਮਾਫੀ ਮੰਗਣ ਸਰੀ ਆਉਣਾ ਪਿਆ ਉਹਨੂੰ ਸਿਆਣਿਆਂ ਦਾ ਕਿਹਾ ਚੇਤੇ ਆਇਆ ਕਿ ਸੱਚ ਦਾ ਸੂਰਜ ਝੂਠ ਦੇ ਬੱਦਲਾਂ ਥੱਲੇ ਜ਼ਿਆਦਾ ਧੀਰ ਨਹੀਂ ਲੁਕਦਾ ਸੱਚ ਇੱਕ ਦਿਨ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ ਅਗਲੇ ਮਹੀਨੇ ਦੀਪਾ ਰਿਆ ਰੀਆ ਬੈਂਸ ਹੋਰਾਂ ਦੇ ਘਰ ਦੀ ਬੀਸਮੈਂਟ ਚ ਸ਼ਿਫਟ ਹੋ ਗਿਆ ਜਿੱਥੇ ਉਹਦੀ ਮੁਲਾਕਾਤ ਖਾਲਿਦ ਸ਼ਹਿਜ਼ਾਦ ਨਾਲ ਹੋਈ ਅਸਲ ਚ ਖਾਲਿਦ ਪਾਕਿਸਤਾਨੀ ਸੀ ਕਿਉਂਕਿ ਮੁਸਲਿਮ ਪਾਰਟਨਰ ਲੱਭ ਰਿਹਾ ਸੀ ਸ਼ਾਦੀ ਸੇ ਲਈ ਉਹਨੂੰ ਛੇਤੀ ਕੋਈ ਰੂਮ ਪਾਰਟਨਰ ਨਹੀਂ ਲੱਭਾ ਪਹਿਲਾਂ ਦੋਹਾਂ ਨੂੰ ਲੱਗਾ ਕਿ ਉਹ ਦੋਵੇਂ ਇੱਕ ਛੱਤ ਥਲੇ ਸ਼ਾਇਦ ਨਾ ਰਹਿ ਸਕਣ ਪਰ ਸਮਾਂ ਪਾ ਕੇ ਉਹ ਦੋਵੇਂ ਚੰਗੇ ਦੋਸਤ ਬਣ ਗਏ ਖਾਲਿਦ ਵੀ ਮਾਡਰਨ ਖਿਆਲਾਂ ਦਾ ਮੁਸਲਮਾਨ ਸੀ ਦੀਪਾ ਵੀ ਧਰਮ ਬਾਰੇ ਬਹੁਤੀ ਸੌੜੀ ਸੋਚ ਨਹੀਂ ਸੀ ਰੱਖਦਾ ਦੋਵੇਂ ਇੱਕ ਦੂਜੇ ਦਾ ਬਣਾਇਆ ਖਾ ਲੈਂਦੇ ਇਹਨਾਂ ਦਿਨਾਂ 'ਚ ਹੀ ਦੀਪੇ ਦੇ ਮਾਪਿਆਂ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਉਹ ਉਹਦੇ ਭਰਾ ਗੇਲੇ ਕੋਲ ਜਾਰਜੀਆ ਆ ਗਏ ਦੀਪੇ ਦਾ 3 ਕੁ ਮਹੀਨੇ ਦਾ ਕੋਰਸ ਬਾਕੀ ਸੀ ਫਿਰ ਉਹਨੇ ਵੀ ਪਰਮਾਨੈਂਟ ਰੈਜ਼ੀਡੈਂਟ ਦੇ ਸਟੇਟਸ ਵਾਸਤੇ ਅਪਲਾਈ ਕਰਨਾ ਸੀ ਉਹ ਮਿਲ ਚ ਹੀ ਕੰਮ ਕਰਦਾ ਰਿਹਾ ਜਿੱਥੇ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਉਹਨੇ ਸ਼ਾਮ ਦੇ 6 ਤੋਂ 12 ਵਜੇ ਵਾਲੀ ਸ਼ਿਫਟ ਲੈ ਲਈ ਇਸੇ ਦੌਰਾਨ ਰੀਆ ਬੈਂਸ ਕੋਈ ਕੋਰਸ ਕਰਨ ਖਾਤਰ ਟ੍ਰਾਂਟੋ ਚਲੀ ਗਈ ਦੀਪੇ ਨੂੰ ਕਦੇ ਵੀ ਉਹਦੀ ਮਦਦ ਦੀ ਲੋੜ ਨਾ ਪਈ ਛੁੱਟੀਆਂ ਤੋਂ ਬਾਅਦ ਜਦੋਂ ਕਾਲਜ ਦੁਬਾਰਾ ਸ਼ੁਰੂ ਹੋਇਆ ਤਾਂ ਇੱਕ ਦਿਨ ਦੀਪੇ ਨੇ ਕਾਲਜ ਅੱਗੇ ਕੈਲ ਦੀ ਗੱਡੀ ਖੜੀ ਦੇਖੀ ਉਹ ਸਮਝ ਗਿਆ ਕਿ ਕੈਲ ਜ਼ਰੂਰ ਕਿਰਨ ਤੇ ਰੀਤਾ ਨੂੰ ਲੈਣ ਆਇਆ ਹੋਵੇਗਾ ਪਤਾ ਨਹੀਂ ਕੀ ਸੋਚ ਕੇ ਉਹ ਕੈਲ ਕੋਲ ਚਲਾ ਗਿਆ ਕੈਲ ਕਾਰ ਨਾਲ ਢੋਲਾ ਕੇ ਖੜਾ ਸੀ ਦੀਪੇ ਵੱਲ ਦੇਖਦੇ ਹੀ ਉਹਨੇ ਮੂੰਹ ਫੇਰ ਲਿਆ ਦੀਪੇ ਨੇ ਨੇੜੇ ਜਾ ਕੇ ਗੱਲ ਸ਼ੁਰੂ ਕਰਦਿਆਂ ਕਿ ਆ ਸასი ਕਾਲ ਬਾਜੀ ਕੀ ਹਾਲ ਚਾਲ ਹੈ ਤੁਹਾਡਾ ਹੁਣ ਕੈਲ ਨੇ ਉਸ ਵੱਲ ਮੂੰਹ ਕਮਾਇਆ ਮਥੇ ਤਿੱਤੀਉੜੀਆਂ ਪਾ ਕੇ ਜਵਾਬ ਦਿੱਤਾ ਆਮ ਫਾਈਨ ਥੈਂਕ ਯੂ ਬਾਜੀ ਅੱਜ ਇੱਧਰ ਕਾਲਜ ਵੱਲ ਕਿੱਧਰ ਗੇੜਾ ਮਾਰਿਆ ਦੀਪੇ ਨੇ ਗੱਲ ਤੋੜਨ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿ ਇਟਸ ਨਨ ਆਫ ਯੋਰ ਬਿਜ਼ਨਸ ਕੈਲ ਜ਼ਹਿਰ ਭਰੇ ਬੋਲਾਂ ਨਾਲ ਬੋਲਿਆ ਹੁਣ ਦੀਪਾ ਵੀ ਸਿੱਧਾ ਮੁੱਦੇ ਤੇ ਆ ਗਿਆ ਕਹਿਣ ਲੱਗਾ ਭਾਜੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਰੀਟਾ ਤੇ ਕਿਰਨ ਤੁਹਾਡੀਆਂ ਭੈਣਾਂ ਲੱਗਦੀਆਂ ਨੇ ਉਹਨਾਂ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਰੱਖਣਾ ਬਹੁਤ ਹੀ ਸ਼ੇਮਫੁਲ ਹੈ ਓ ਸ਼ਟ ਅਪ ਦੇ ਆਰ ਨਾਟ ਮਾਈ ਸਿਸਟਰਸ ਓਕੇ ਆਈ ਹੈਵ ਓਨਲੀ ਵਨ ਸਿਸਟਰ ਐਂਡ ਥੈਟ ਇਜ਼ ਜੈਸ ਆਈ ਨੇਵਰ ਮੈਟ ਥੀਸ ਗਰਲਸ ਟਿਲ ਕਪਲ ਇਅਰਸ ਅਗੋ ਗੈਲ ਦੀ ਖੇਜ ਹੁਣ ਸੱਤਵੇਂ ਅਸਮਾਨ ਨੂੰ ਜਾ ਲੱਗੀ। ਹੋਣ ਦੀ ਸਾਂਝ ਨਾਲ ਬਣੇ ਰਿਸ਼ਤੇਆਂ 'ਚ ਸਮੇਂ ਦੀ ਕੋਈ ਸ਼ਰਤ ਨਹੀਂ ਹੁੰਦੀ ਭਾਜੀ। ਪਰ ਤੁਸੀਂ ਸ਼ਾਇਦ ਇਹ ਨਹੀਂ ਸਮਝੋਗੇ। ਦੀਪੇ ਨੇ ਇੱਕ ਤਰ੍ਹਾਂ ਹਥਿਆਰ ਸੁੱਟ ਦਿਆਂ ਕਿਆ। ਰਿਸ਼ਤੇ ਮਾਈ ਫਟ। ਉਹਨਾਂ ਕੁੜੀਆਂ ਨੂੰ ਜਿੱਦਾਂ ਸਿਰਫ ਪੈਸੇ ਚਾਹੀਦੇ ਆ, ਐਸ ਚਾਹੀਦੇ ਆ ਐਂਡ ਆਈ ਕੈਨ ਅਫੋਰਡ ਟੂ ਗਿਵ them that। ਯੂ ਕੈਨ ਕੀਪ ਯੌਰ ਐਡਵਾਈਸ ਟੂ ਯੌਰself ਐਂਡ ਸਟੇ ਆਊਟ ਆਫ ਮਾਈ ਬਿਜ਼ਨਸ। ਕੈਲ ਨੇ ਨਾ ਸਿਰਫ ਨਜਾਇਜ਼ ਰਿਸ਼ਤਾ ਕਬੂਲ ਕੀਤਾ ਸਗੋਂ ਉਸ ਵਿੱਚ ਲਾ ਖੋਖਲਾਪਣ ਵੀ ਜ਼ਾਹਰ ਕਰ ਦਿੱਤਾ ਦੀਪ ਚੁੱਪ ਕਰਕੇ ਉੱਥੋਂ ਪਰੇ ਤੁਰ ਪਿਆ ਉਹਨੇ ਕੁਝ ਦੂਰ ਜਾ ਕੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਕਿਰਨ ਤੇ ਰੀਤਾ ਉਹਦੀ ਕਾਰ 'ਚ ਸਵਾਰ ਹੋ ਰਹੀਆਂ ਸਨ ਉਹਨੇ ਛੇਤੀ ਛੇਤੀ ਜੇਬ 'ਚੋਂ ਫੋਨ ਕੱਢ ਕੇ ਜੈਸ ਨੂੰ ਡਾਇਲ ਕੀਤਾ ਜੈਸ ਦੇ ਹੈਲੋ ਆਖਣ ਤੇ ਦੀਪੇ ਨੇ ਬੜੇ ਕਾਲੇ ਪੈਂਦੇ ਆ ਉਹਨੂੰ ਦੱਸਿਆ ਜੈਸ ਤੈਨੂੰ ਪਤਾ ਹੈ ਕੈਲ ਹਲੇ ਵੀ ਰੀਤਾ ਤੇ ਕਿਰਨ ਨਾਲ ਤੁਰਿਆ ਫਿਰਦਾ ਮੈਂ ਅੱਜ ਹੀ ਉਹਨੂੰ ਕਾਲਜ 'ਚ ਦੇਖਿਆ ਉਹਨਾਂ ਨੂੰ ਰਾਈਡ ਦੇਣ ਆਇਆ ਹੋਇਆ ਸੀ ਇਹ ਸੁਣ ਕੇ ਜੈਸ ਹੌਲੀ ਜੀ ਕਹਿਣ ਲੱਗੀ ਯਾ ਆਈ نو ਦੀਪ ਹੀ ਇਜ਼ ਅ ਰੀਅਲ ਡੌਗ ਬਟ ਯੂ نو ਉਹ ਸਾਡੇ ਨਾਲ ਨਹੀਂ ਰਹਿੰਦਾ ਹੀ ਲਿਵਟ ਹੋਮ ਉਹਨਾਂ ਬਿਚਸ ਨਾਲ ਹੀ ਰਹਿੰਦਾ ਕਿਤੇ ਮਮ ਨੇ ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ ਮਮ ਉਸ ਤੇ ਨੂੰ ਕੋਸੀ ਜਾਂਦੀ ਜਿਸ ਦਿਨ ਅਸੀਂ ਇਹਨਾਂ ਕੁੜੀਆਂ ਨੂੰ ਆਪਣੇ ਘਰ ਰੱਖਿਆ ਸੀ ਦੀਪਾ ਜੈਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕੋਈ ਬੰਦਾ ਇੰਨਾ ਕਿਦਾਂ ਗਿਰ ਸਕਦਾ ਹੈ ਕਿ ਇੱਕ ਨਜਾਇਜ਼ ਰਿਸ਼ਤੇ ਬਦਲੇ ਆਪਣਿਆਂ ਨੂੰ ਹੀ ਠੁਕਰਾ ਕੇ ਚਲਾ ਜਾਵੇ ਸਮਾਜ ਦੀ ਬਹੁਤੀ ਕੋਝੀ ਤਸਵੀਰ ਉਹਦੇ ਸਾਹਮਣੇ ਸੀ ਤੁਸੀਂ ਇਹਨਾਂ ਕੁੜੀਆਂ ਦੇ ਮਾਪਿਆਂ ਨੂੰ ਨਹੀਂ ਦੱਸਿਆ ਤੇਰੇ ਮਾਮੇ ਤੇ ਭੂਆ ਨੂੰ ਦੀਪ ਨੇ ਜੈਸ ਨੂੰ ਸਵਾਲ ਕੀਤਾ ਯਾ ਵੀ ਟੋਲਡ ਦਮ ਪਰ ਉਹ ਕੀ ਕਰ ਸਕਦੇ ਆ ਕਹਿੰਦੇ ਅਸੀਂ ਸਮਝਾਵਾਂਗੇ ਪਰ ਇਹ ਕੁੱਤੇ ਦੀਆਂ ਪੂੰਛਾਂ ਸਮਝਣ ਵਾਲੀਆਂ ਥੋੜੇ ਮੈਨੂੰ ਕੈਲ ਤੇ ਬਹੁਤ ਗੁੱਸਾ ਆਉਂਦਾ ਹੈ ਪਤਾ ਨਹੀਂ ਰੱਬ ਨੇ ਮੈਨੂੰ ਇਦਾਂ ਦਾ ਬ੍ਰਦਰ ਕਿਉਂ ਦਿੱਤਾ ਮੇਰਾ ਬ੍ਰਦਰ ਤੇਰੇ ਵਰਗਾ ਹੋਣਾ ਚਾਹੀਦਾ ਸੀ ਦੀਪ ਤੂੰ ਮੇਰਾ ਬ੍ਰਦਰ ਬਣ ਜਾ ਪਲੀਜ਼ ਮੈਨੂੰ ਤੇਰੇ ਚ ਆਪਣਾ ਬ੍ਰਦਰ ਨਜ਼ਰ ਆਉਂਦਾ ਇਹ ਕਹਿੰਦੇ ਆ ਕਹਿੰਦੇ ਆ ਜੈਸ ਦੀ ਆਵਾਜ਼ ਭਾਰੀ ਹੋ ਗਈ ਮੈਂ ਤੇਰਾ ਭਰਾ ਹੀ ਆ ਜੈਸ ਹੁਣ ਰੋ ਨਾ ਮੇਰੀ ਬੀਬੀ ਭੈਣ ਬਣ ਕੇ ਰੱਬ ਸਭ ਕੁਝ ਠੀਕ ਕਰੂ ਤੂੰ ਹੌਸਲਾ ਰੱਖ ਮੈਂ ਆਉਂ ਕਿਸੇ ਦਿਨ ਆਂਟੀ ਕੋਲ ਆਈ ਫੀਲ ਸੌਰੀ ਫਾ ਆਖਰੀ ਸ਼ਬਦ ਕਹਿੰਦੇ ਆ ਦੀਪੇ ਦਾ ਵੀ ਗਲਾ ਭਾਰ ਆਇਆ ਉਹਨੇ ਫੋਨ ਕੱਟ ਦਿੱਤਾ ਉਹਨੂੰ ਰੀਤਾ ਕਿਰਨ ਤੇ ਕਹਿਲ ਤੇ ਨਾ ਤੇ ਬਹੁਤ ਗੁੱਸਾ ਚੜਿਆ ਸੀ ਜਿਹੜੇ ਗੋਪਾਲ ਸਿੰਘ ਤੇ ਅਮਰਜੀਤ ਵਰਗੇ ਦੇਵਤੇ ਜਾਂ ਇਨਸਾਨਾਂ ਨੂੰ ਦੁਖੀ ਕਰਨ ਤੇ ਤੁਲੇ ਹੋਏ ਸਨ ਦੀਪਾ ਅਗਲੇ ਕੁਝ ਦਿਨਾਂ ਬਾਅਦ ਅਮਰਜੀਤ ਤੇ ਗੋਪਾਲ ਸਿੰਘ ਨੂੰ ਮਿਲਣ ਗਿਆ ਅਮਰਜੀਤ ਸੋਕੇ ਟੀਲਾ ਹੋਈ ਪਈ ਸੀ ਉਹਨੂੰ ਅਮਰਜੀਤ ਤੇ ਬਹੁਤ ਤਰਸ ਆਇਆ ਇੱਕ ਮਾਂ ਦਾ ਸੰਸਾਰ ਉਹਦੇ ਬੱਚਿਆਂ ਨਾਲ ਹੀ ਹੁੰਦਾ ਹੈ ਭਾਰਤੀ ਸਮਾਜ ਵਿੱਚ ਮਾਵਾਂ ਨੂੰ ਓਦਾਂ ਵੀ ਪੁੱਤਰਾਂ ਦਾ ਬਾਲਾ ਮੋਹ ਹੁੰਦਾ ਹੈ ਅਮਰਜੀਤ ਦੀਪੇ ਦੇ ਗੱਲ ਲਾ ਕੇ ਬਹੁਤ ਰੋਈ ਦੀਪੇ ਕੋਲੋਂ ਜਿੰਨੀਆਂ ਹੋ ਸਕਿਆ ਉਹਨੂੰ ਦਿਲਬਰੀਆਂ ਦਿੰਦਾ ਰਿਹਾ ਜੇ ਇਹੋ ਕੁਝ ਪੰਜਾਬ ਚ ਹੋਇਆ ਹੁੰਦਾ ਤਾਂ ਸਾਰੇ ਪਿੰਡ ਨੇ ਇਸ ਗੱਲ ਚ ਬਹੁਤ ਨਿਮੋਸ਼ੀ ਮੰਨਣੀ ਸੀ ਪਰ ਇੱਥੇ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀਂ ਕੁੜੀਆਂ ਤੇ ਮੁੰਡਾ ਸਾਰੇ ਬਾਲਗ ਸਨ ਇਸ ਲਈ ਕੈਨੇਡਾ ਦੇ ਕਾਨੂੰਨਾਂ ਮੁਤਾਬਕ ਉਹ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਬਣਾਉਣ ਲਈ ਆਜ਼ਾਦ ਸਨ ਕਈਆਂ ਲੋਕਾਂ ਬਾਰੇ ਸੋਚ ਕੇ ਤੁਹਾਨੂੰ ਖਿੱਚ ਛੜਨ ਲੱਗ ਜਾਂਦੀ ਹੈ ਕਿਰਨ ਔਰ ਰਦੀਪੇ ਲਈ ਇਹੋ ਜਿਹੇ ਕਿਰਦਾਰ ਸਨ ਇਸ ਤੋਂ ਇਲਾਵਾ ਗੋਪਾਲ ਸਿੰਘ ਨੇ ਵੀ ਗਿਣੇ ਮਿੱਥੇ ਲਫ਼ਜ਼ਾਂ ਨਾਲ ਆਪਣੀ ਗਲਤੀ ਦੀ ਮਾਫੀ ਮੰਗੀ ਦੀਪ ਨੇ ਉਹਨੂੰ নো ਪ੍ਰੋਬਲਮ ਅੰਕਲ ਇਟਸ ਓਕੇ ਕਹਿ ਕੇ ਚੁਪ ਕਰਾ ਦਿੱਤਾ ਇਸ ਵਿੱਚ ਉਹ ਬਹੁਤ ਚਿਰ ਜ਼ਿੰਦਗੀ ਨਿਰਵਿਘਨ ਜੀ ਚੱਲਦੀ ਰਹੀ ਦੀਪੇ ਦਾ ਕੋਰਸ ਖਤਮ ਹੋ ਗਿਆ ਉਹਨੇ ਇੱਕ 에ਜੰਟ ਨਾਲ ਗੱਲ ਕਰਕੇ CEC ਪ੍ਰੋਗਰਾਮ 헤ਟ 퍼ਮਨੈਂਟ ਰੈਜ਼ੀਡੈਂਟ ਦੇ ਸਟੇਟਸ ਲਈ ਅਪਲਾਈ ਕਰ ਦਿੱਤਾ ਮਿਲ ਦਾ ਕੰਮ ਕਾਫੀ ਸਖਤ ਮਿਹਨਤ ਵਾਲਾ ਸੀ ਉਪਰੋਂ ਦੀਪਾ 3 ਵਜੇ ਕੰਮ ਤੋਂ ਆ ਕੇ ਜਿਮ ਜਾਣ ਲੱਗ ਪਿਆ ਚੜਦੀ ਜਵਾਨੀ ਲੋਹੜੇ ਦੀ ਵਰਜੇ ਨਾਲ ਉਹਦਾ ਸਰੀਰ ਕੁੰਦਨ ਬਣ ਗਿਆ। ਚੌੜੀ ਛਾਤੀ, ਮੋٹے ਡੋਲੇ, ਪਤਲਾ ਗੁੰਦਵਾਂ ਪੇਟ ਹੋਣ ਨਾਲ ਦੀਪਾ ਹੁਣ ਕਿਸੇ ਫਿਲਮੀ ਹੀਰੋ ਤੋਂ ਘੱਟ ਨਹੀਂ ਸੀ ਲੱਗਦਾ। ਅਗਲੇ 2 ਸਾਲਾਂ 'ਚ ਉਹਨੇ ਪੀ.ਆਰ ਹੋ ਕੇ ਕਾਫੀ ਪੈਸੇ ਵੀ ਜੋੜ ਲਏ। ਉਹਦੀ ਤੇ ਖਾਲਿਦ ਦੀ ਸੋਹਣੀ ਨਿਭਦੀ ਰਹੀ। ਖਾਲਿਦ ਹਰ ਸਾਲ ਪਾਕਿਸਤਾਨ ਨੂੰ ਜਾਂਦਾ ਪਰ ਕਿਉਂਕਿ ਦੀਪੇ ਦੇ ਮਾਪੇ ਅਮਰੀਕਾ ਆ ਗਏ ਸਨ ਇਸ ਲਈ ਉਹਦੇ ਮਨ 'ਚ ਕਦੇ ਇੰਡੀਆ ਜਾਣ ਦਾ ਖਿਆਲ ਨਾ ਆਇਆ। ਹੁਣ ਉਹਨੂੰ ਕੈਨੇਡਾ ਚਾਏ ਨੂੰ ਸਵਾ 4 ਸਾਲ ਹੋ ਚੁੱਕੇ ਸਨ। ਕਦੇ-ਕਦੇ ਉਹਦਾ ਜੀ ਕਰਦਾ ਕਿ ਉਹ ਆਪਣੇ ਭਰਾ ਕੋਲ ਗੋਰਜਿਆ ਗੇੜਾ ਮਾਰ ਆਵੇ ਪਰ ਹਰ ਵਾਰ ਉਹ ਆਪਣਾ ਪ੍ਰੋਗਰਾਮ ਅੱਗੇ ਪਾ ਦਿੰਦਾ ਉਹਨੇ ਕਾਰ ਦਾ ਲਾਇਸੈਂਸ ਲੈ ਲਿਆ ਤੇ ਕੰਮ ਤੇ ਜਾਣ ਲਈ ਇੱਕ ਪੁਰਾਣੀ Honda ਕੋਡ ਕਾਰ ਵੀ ਲੈ ਲਈ ਰਾਣੀ ਤੇ ਪੰਮੇ ਹੋਰੀ ਹਾਲੇ ਵੀ ਉਹਦੇ ਦੋਸਤ ਸਨ ਉਹ ਹੁਣ ਕਦੇ-ਕਦੇ ਮਿਲਦੇ ਤੇ ਦੀਪਾ ਉਹਨਾਂ ਨਾਲ ਪੈਗ ਦੀ ਸਾਂਝ ਪਵਾ ਦਿੰਦਾ ਪਰ ਉਹਨੇ ਇਕੱਲਿਆਂ ਕਦੇ ਸ਼ਰਾਬ ਜਾਂ ਬੀਅਰ ਨਹੀਂ ਸੀ ਪੀਤੀ ਜੈਸ ਕਦੇ-ਕਦੇ ਫੋਨ ਤੇ ਉਹਦੀ ਸੁੱਖ-ਸਾਂਤ ਪੁੱਛ ਲੈਂਦੀ ਜੈਸ ਨੇ ਉਹਨੂੰ ਦੱਸਿਆ ਸੀ ਕਿ ਦੋਹਾਂ ਕੁੜੀਆਂ 'ਚੋਂ ਇੱਕ ਕੈਲ ਨੂੰ ਛੱਡ ਕੇ ਚਲੀ ਗਈ ਹੈ ਤੇ ਹੁਣ ਉਹ ਇਕੱਲੀ ਰੀਤਾ ਨਾਲ ਹੀ ਰਹਿੰਦਾ ਹੈ। ਖਾਲਿਦ ਨੇ ਨਹੀਂ ਦੇ ਨਹੀਂ ਪਾਕਿਸਤਾਨ ਗਿਆ ਹੋਇਆ ਸੀ। ਦੀਪਾ ਜਦੋਂ ਕੰਮ ਤੋਂ ਵਾਪਸ ਆਇਆ ਤਾਂ ਨੇ ਘਰ ਦੀ ਸਨ ਡੈਕ ਤੇ ਰੀਆ ਬੈਂਸ ਨੂੰ ਆਪਣੀ ਮਾਂ ਨਾਲ ਖੜੀ ਦੇਖਿਆ। ਉਹਨੇ ਹਿਸਾਬ ਲਾ ਲਿਆ ਕਿ ਜ਼ਰੂਰ ਰੀਆ ਦਾ ਕੋਰਸ ਪੂਰਾ ਹੋ ਗਿਆ ਤੇ ਉਹ ਵਾਪਸ ਆ ਗਈ ਹੈ। ਰੀਆ ਦਾ ਚਿਹਰਾ ਪਹਿਲਾਂ ਨਾਲੋਂ ਜ਼ਿਆਦਾ ਨਿਖਰਿਆ ਹੋਇਆ ਸੀ। ਉਹਦੀ ਜਵਾਨੀ ਆਪਣੇ ਸਿਖਰਾਂ ਤੇ ਪਹੁੰਚ ਚੁੱਕੀ ਸੀ। ਦੀਪੇ ਨੂੰ ਉਹਦੇ ਖੁੱਲੇ ਕੱਪੜਿਆਂ ਵਿੱਚੋਂ ਵੀ ਉਹਦੇ ਗੁੰਨਵੇਂ ਸਰੀਰ ਦਾ ਝਲਕਾਰਾ ਪਿਆ। ਉਹਨੇ ਆਪਣੇ ਵਾਲਾਂ ਦਾ ਸਟਾਈਲ ਵੀ ਬਦਲ ਲਿਆ ਸੀ। ਆਪਣੇ ਕੁੰਗਰਾਲੇ ਵਾਲ ਉਹਨੇ ਪਿੱਛੇ ਨੂੰ ਖੁੱਲੇ ਛੱਡੇ ਹੋਏ ਸਨ। ਤੇ ਜਦੋਂ ਦੀਪਕ ਕਾਰ ਖੜੀ ਕਰਕੇ ਦਰਵਾਜ਼ੇ ਵੱਲ ਤੁਰਿਆ ਤਾਂ ਰੀਆ ਦੀ ਨਜ਼ਰ ਵੀ ਦੀਪੇ ਤੇ ਪਈ। ਦੀਪੇ ਵੱਲ ਦੇਖ ਕੇ ਉਹ ਹੈਰਾਨ ਰਹਿ ਗਈ। ਓਹ ਹਾਲੀਵੁੱਡ ਦੇ ਹੀਰੋ ਟੌਮ ਕ੍ਰੂਜ਼ ਵਰਗਾ ਲੱਗ ਰਿਹਾ ਸੀ। ਰੀਆ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਇਆ ਕਿ ਕੋਈ ਇਨਸਾਨ ਇੰਨਾ ਕਿਵੇਂ ਬਦਲ ਸਕਦਾ ਹੈ। ਅਜੇ 2.5 ਸਾਲ ਪਹਿਲਾਂ ਤਾਂ ਇਸ ਮੁੰਡੇ ਦੀ ਆਮ ਜੀ ਸਿਹਤ ਸੀ ਮੁਰਝਾਇਆ ਜਿਹਾ ਚਿਹਰਾ ਸੀ ਪਰ ਅੱਜ ਰੀਆ ਦੀ ਨਜ਼ਰ ਉਹਦੀ ਉਹਦੇ ਚਿਹਰੇ ਤੇ ਚਿਪਕੇ ਰਹਿ ਗਈ ਉਹ ਸਨ ਡੈਕ ਤੋਂ ਖੜੀ ਦੀਪੇ ਨੂੰ ਵਿਸ਼ ਕਰਦੀ ਬੋਲੀ ਓ ਹਾਈ ਦੀਪ ਹਾਊ ਆਰ ਯੂ ਯੂ ਲੁੱਕ ਸੋ ਡਿਫਰੈਂਟ ਮੈਨ ਦੀਪੇ ਨੇ ਹੱਸ ਕੇ ਉਹਨੂੰ ਸਤਿ ਸ਼੍ਰੀ ਅਕਾਲ ਕਿਹਾ ਰੀਆ ਕਿਹਾ ਦੀਪਾ ਚਾਹੁੰਦਾ ਸੀ ਕਿ ਉਹ ਵੀ ਰੀਆ ਦੇ ਹੁਸਨ ਦੀ ਤਾਰੀਫ ਕਰੇ ਪਰ ਉਹ ਸੰਗ ਗਿਆ ਉਦ ਰੀਆ ਵੀ ਚਾਹੁੰਦੀ ਸੀ ਕਿ ਦੀਪੇ ਨੂੰ ਕੋਈ ਹੋਰ ਕੰਪਲੀਮੈਂਟ ਦੇਵੇ ਪਰ ਕੋਲ ਖੜੀ ਮਾਂ ਦਾ ਕਰਕੇ ਉਹ ਝਿਜਕ ਗਈ ਦੀਪਾ ਨੂੰ ਮੁਸਕਰਾਉਂਦੀ ਨੂੰ ਛੱਡ ਕੇ ਬੇਸਮੈਂਟ ਦੇ ਬੂਹੇ ਵੱਲ ਵੱਧ ਗਿਆ ਕੱਪੜੇ ਬਦਲ ਕੇ ਜਦੋਂ ਦੀਪਾ ਜਿਮ ਜਾਣ ਲਈ ਬੇਸਮੈਂਟ ਤੋਂ ਬਾਹਰ ਨਿਕਲੀ ਆ ਤਾਂ ਉਹਨੇ ਦੇਖਿਆ ਕਿ ਰੀਆ ਬਾਹਰ ਬੈਕਯਾਰਡ 'ਚ ਸੁੱਕਣੇ ਪਾਏ ਕੱਪੜੇ ਧਾਰ ਤੋਂ ਲਾ ਰਹੀ ਹੈ ਦੀਪੇ ਨੂੰ ਨਿਕਲਦਾ ਵੇਖ ਕੇ ਉਹ ਕਾਲੀ ਨਾਲ ਤੁਰਦੀ ਦੀਪੇ ਕੋਲ ਆਈ ਤੇ ਹਲੇ ਦੁਆਲੇ ਵੇਖ ਕੇ ਸਾਵਧਾਨ ਹੁੰਦੀ ਹੋਈ ਹੌਲੀ ਜਿਹੀ ਕਹਿਣ ਲੱਗੀ ਹੇ ਡਿਊਡ ਯੂ ਲੁੱਕ ਸੋ ਹੌਟ ਜਿਮ ਜੋਇਨ ਕੀਤਾ ਹੋਇਆ ਦੀਪਾ ਮੁਸਕਰਾ ਕੇ ਕਹਿਣ ਲੱਗਿਆ ਹਾਂ ਰੀਆ ਕੰਮ ਤੋਂ ਬਾਅਦ ਵਿਹਲੇ ਹੋਈਦਾ ਹੈ ਇਸ ਲਈ ਜਿਮ ਚਲੇ ਜਾਂਦਾ ਕਿਉਂ ਕੋਈ ਗਰਲਫ੍ਰੈਂਡ ਨਹੀਂ ਬਣਾਈ ਹੈ ਜੀ ਨਾ ਕੋਈ ਬਣੀ ਹੀ ਨਹੀਂ ਦੈਟਸ ਬੈਡ ਲੈਟ ਮੀ ਨੋ ਇਫ ਆਈ ਕੈਨ ਹੈਲਪ ਲਤੂ ਕਿਹੜੀ ਇੱਥੇ ਰਹਿਣੀ ਹੈ ਤੂੰ ਕੀ ਹੈਲਪ ਕਰਨੀ ਹੈ ਹੋਰ ਕਿਵੇਂ ਤੇਰਾ ਕੋਰਸ ਪੂਰਾ ਹੋ ਗਿਆ ਜਾਂ ਰਹਿੰਦਾ ਅਜੇ ਦੀਪੇ ਨੇ ਟੌਪਿਕ ਬਦਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ਹੁਣ ਰੀਆ ਵੀ ਸਮਝ ਗਈ ਕਿ ਦੀਪਾ ਇਹੋ ਜੀ ਗੱਲਬਾਤ ਤੋਂ ਸੰਗ ਰਿਹਾ ਹੈ ਉਸ ਕੁੜੀ ਆਉਂਦੀ ਹੋਈ ਕਹਿਣ ਲੱਗੀ ਯਾ ਕੋਰਸ ਤਾਂ ਪੂਰਾ ਹੋ ਗਿਆ ਐਂਡ ਆਈ ਗਾਟ ਜੌਬ ਇਨ ਟੋਰਾਂਟੋ ਓਹ ਇਹਦਾ ਮਤਲਬ ਤੂੰ ਹੁਣ ਟੋਰਾਂਟੋ ਪੱਕੇ ਸ਼ਿਫਟ ਹੋ ਜਾਣਾ ਦੀਪਾ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਜਿਹਦਾ ਜਵਾਬ ਰੀਆ ਨੇ ਯਾ ਕਹਿ ਕੇ ਦਿੱਤਾ ਦੀਪਾ ਉਹਨੂੰ ਚਲੋ ਫਿਰ ਮਿਲਦੇ ਆਂ ਆ ਕੇ ਤੁਰ ਪਿਆ ਤੇ ਰੀਆ ਕੱਪੜੇ ਲੈ ਕੇ ਘਰ ਅੰਦਰ ਚਲੀ ਗਈ ਜਿਮ ਚੋਂ ਵਾਪਸ ਆ ਕੇ ਦੀਪਾ ਨੇ ਜਦੋਂ ਆਪਣਾ ਫੋਨ ਦੇਖਿਆ ਤਾਂ ਵਟਸਐਪ ਤੇ ਰੀਆ ਦੀ ਹੈਲੋ ਹਾਈ ਵਾਲੇ ਮੈਸੇਜ ਆਏ ਹੋਏ ਸਨ ਦੀਪੇ ਨੂੰ ਯਾਦ ਆ ਗਿਆ ਕਿ ਉਹਨੇ ਇਸ ਬੇਸਮੈਂਟ 'ਚ ਸ਼ਿਫਟ ਹੋਣ ਤੋਂ ਪਹਿਲਾਂ ਰੀਆ ਨੂੰ ਆਪ ਹੀ ਆਪਣਾ ਫੋਨ ਨੰਬਰ ਦਿੱਤਾ ਸੀ। ਉਹਨੇ ਮੈਸੇਜ ਆਵਦਾ ਜਵਾਬ ਦਿੱਤਾ ਤਾਂ ਥੋੜੇ ਚਿਰ ਬਾਅਦ ਰੀਆ ਦਾ ਫਿਰ ਮੈਸੇਜ ਆ ਗਿਆ। ਉਹ ਦੀਪੇ ਕੋਲੋਂ ਹੀ ਪੁੱਛ ਰਹੀ ਸੀ ਕਿ ਉਹਦੇ ਕਿਹੜੇ ਦਿਨ ਆਫ ਹੁੰਦੇ ਆ। ਦੀਪੇ ਨੇ ਸਨੇਚਰ ਆ ਤਰ ਲਿਖ ਕੇ ਮੈਸੇਜ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਰੀਆ ਦਾ ਕੋਈ ਮੈਸੇਜ ਨਾ ਆਇਆ। ਜੁਲਾਈ ਦਾ ਮਹੀਨਾ ਚੱਲ ਰਿਹਾ ਸੀ। ਵੈਨਕੂਵਰ ਦੇ ਲੋਅਰ ਮੇਨਲੈਂਡ ਦੇ ਇਲਾਕੇ 'ਚ ਇਨੀ ਦਿਨੀ ਗਰਮੀ ਦਾ ਪੂਰਾ ਜ਼ੋਰ ਹੁੰਦਾ ਹੈ। ਵੀਰਵਾਰ ਜਦੋਂ ਦੀਪਕ ਕੰਮ ਤੋਂ ਆਇਆ ਤਾਂ ਜੈਸ ਦਾ ਫੋਨ ਆ ਗਿਆ। ਉਹਨੇ ਸਰ ਸ੍ਰੀ ਰਾਜੀ ਖੁਸ਼ੀ ਪੁੱਛਣ ਤੋਂ ਬਾਅਦ ਦੀਪੇ ਨੂੰ ਸਵਾਲ ਕੀਤਾ। ਦੀਪੇ ਸੈਟਰਡੇ ਕੀ ਕਰਨਾ ਹੈ ਤੂੰ? ਦੀਪਾ ਸੋਚਦਾ ਹੋਇਆ ਕਹਿਣ ਲੱਗਾ ਕੁਝ ਖਾਸ ਨਹੀਂ ਲਾਂਡਰੀ ਤੇ ਗਰੋਸਰੀ ਵਗੈਰਾ ਕਰਨੀ ਹੁੰਦੀ ਹੈ। ਪਰ ਉਹ ਐਤਵਾਰ ਵੀ ਹੋ ਸਕਦੀ ਹੈ ਕਿਉਂ ਕੋਈ ਕੰਮ ਸੀ। ਇਹ ਸੁਣ ਕੇ ਜੈਸ ਕਹਿਣ ਲੱਗੇ ਹਾਂ। ਰੀਆ ਦਾ ਫੋਨ ਆਇਆ ਸੀ ਕਹਿੰਦੀ ਇਸ ਸੈਟਰਡੇ ਵਿੱਚ ਤੇ ਚੱਲਦੇ ਹਾਂ ਪਿਕਨਿਕ ਕਰਨ। ਉਹਦੇ ਪੇਰੈਂਟਸ ਵੀਕਐਂਡ ਤੇ ਉਹਦੀ ਸਿਸਟਰ ਕੋਲ ਕਲੋਨੇ ਜਾ ਰਹੇ ਨੇ ਉਹ ਫ੍ਰੀ ਐ ਇਸ ਲਈ ਪਿਕਨਿਕ ਲਈ ਜ਼ੋਰ ਪਾ ਰਹੀ ਜੈਸ ਦੀ ਗੱਲ ਸੁਣ ਕੇ ਦੀਪਕ ਕਹਿਣ ਲੱਗਾ ਉਹ ਤਾਂ ਠੀਕ ਐ ਪਰ ਤੁਸੀਂ ਕੁੜੀਆਂ-ਕੁੜੀਆਂ ਹੋ ਆਏ ਮੇਰੇ ਨਾਲ ਆਉਣ ਤੇ ਰੀਆ ਸੋਚੂ ਪਈ ਇਹ ਆਪਣਾ ਭਰਾ ਨਾਲ ਧੂਈ ਫਿਰਦੀ ਐ ਨੋ ਸ਼ੀ ਇਜ਼ ਦ ਵਨ ਹੂ ਵਾਂਟਸ ਯੂ ਟੂ ਗੋ ਤੂੰ ਚੁੱਪ ਕਰ ਉਹਨੂੰ ਨਾਲ ਲੈ ਕੇ ਮੇਰੇ ਵੱਲ ਆ ਜਾਈ ਆਪਾਂ ਵੈਨਕੂਵਰ ਕਿਡਸ ਲਿਆ ਨੂੰ ਵਿੱਚ ਤੇ ਚੱਲਾਂਗੇ ਜੈਸ ਨੇ ਬੜੇ ਹੱਕ ਨਾਲ ਕਿਹਾ ਇਸ ਤੋਂ ਬਾਅਦ ਦੀਪੇ ਨੇ ਉਕੇ ਆ ਕੇ ਫੋਨ ਕੱਟ ਦਿੱਤਾ ਜੈਸ ਦੇ ਫੋਨ ਤੋਂ 15 ਮਿੰਟ ਬਾਅਦ ਰੀਆ ਦਾ ਫੋਨ ਆ ਗਿਆ ਉਹਨੇ ਬੜੀ ਖਣਕ ਦੀ ਆਵਾਜ਼ ਚ ਬਚੇ ਹੈ ਹੀਰੋ ਸੈਟਰਡੇ ਤੂੰ ਰਾਈਟ ਦੇਂਗਾ ਜਾਂ ਮੈਂ ਦੇਵਾਂ ਦੀਪ ਨੇ ਹੱਸ ਕੇ ਕਿਹਾ ਵੇਖ ਲੈ ਰਹੀ ਐ ਜੇ ਮੇਰੀ ਪੁਰਾਣੀ ਕਾਰ 'ਚ ਤੇਰੀ ਸ਼ਾਨ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਮੈਂ ਦੇ ਦੇਉ ਰਾਈਟ ਓ ਨਾਟ ਐਟ 올 ਆਈ'll ਬੀ ਮੋਰ ਦੈਨ ਹੈਪੀ ਸਿਟਿੰਗ ਬਿਸਾਈਡ ਯੂ ਡੀਅਰ ਰੀਆ ਨੇ ਖੁਸ਼ ਹੁੰਦਿਆਂ ਕਿਹਾ ਜਾਣਾ ਕਿੰਨੇ ਵਜੇ ਹੈ ਦੀਪੇ ਨੇ ਅਗਲਾ ਸਵਾਲ ਪੁੱਛਿਆ ਹਮ ਡੈਡ ਹੋ ਰਣੇ 9 10 ਵਜੇ ਨਿਕਲ ਜਾਣਾ ਸੋ ਆਪਾਂ 11:00 ਵਜੇ ਦਾ ਪ੍ਰੋਗਰਾਮ ਰੱਖਦੇ ਆਂ ਇਜ਼ ਥੈਟ ਓਕੇ ਵਿਦ ਯੂ ਰੀਆ ਨੇ ਜਵਾਬ ਦੇ ਨਾਲ ਹੀ ਸਵਾਲ ਕਰਤਾ ਹਾਂ ਠੀਕ ਹੈ ਮੈਂ ਤਾਂ ਵਿਹਲਾ ਹੀ ਆਂ ਵੀ ਕੈਨ ਤੇ ਸਾਢੇ 4:30 ਵਜੇ ਤੱਕ ਸੌਣਾ ਹੁੰਨਾ ਇਸ ਤੋਂ ਬਾਅਦ ਜਦੋਂ ਮਰਜ਼ੀ ਚੱਲੇ ਚਲੋ ਦੀਪੇ ਨੇ ਜਵਾਬ ਦੇ ਕੇ ਫੋਨ ਕੱਟ ਦਿੱਤਾ ਸਨੇਚਰ ਵਾਰ ਸਾਢੇ 10:30 ਵਜੇ ਦੀਪੇ ਨੂੰ ਰੀਆ ਦਾ ਮੈਸੇਜ ਆਇਆ ਆਮ ਰੈਡੀ ਡੀਅਰ ਯੂ ਕੈਨ ਕਮ ਐਨੀ ਟਾਈਮ ਦੀਪਾ ਵੀ ਤਿਆਰ ਸੀ ਉਹਨੇ ਅੱਧੀਆਂ ਬਾਹਾਂ ਦੀ ਟੀ-ਸ਼ਰਟ ਦੇ ਨਾਲ ਗੂੜੇ ਨੀਲੇ ਰੰਗ ਦੀ ਕਾਰਗੋ ਸ਼ਾਰਟਸ ਪਾਈ ਹੋਈ ਸੀ ਡੂੰਗੀ ਨਿੱਕਰ ਨੂੰ ਕੈਨੇਡਾ ਅਮਰੀਕਾ 'ਚ ਸ਼ਾਰਟਸ ਕਹਿੰਦੇ ਨੇ ਇਹ ਵੀ ਦੀਪੇ ਨੂੰ ਕੈਨੇਡਾ ਆ ਕੇ ਪਤਾ ਲੱਗਾ ਸੀ ਜਦੋਂ ਨੇ ਬਾਹਰ ਜਾ ਕੇ ਕਾਰ ਸਟਾਰਟ ਕੀਤੀ ਤਾਂ ਉਹਨੂੰ ਰੀਆ ਘਰ ਦਾ ਦਰਵਾਜ਼ਾ ਲੌਕ ਕਰਦੀ ਦਿੱਸੀ ਉਹਨੇ ਵੀ ਇੱਕ ਬਰੀਕ ਜਾਲੀਦਾਰ ਡਰੈਸ ਪਾਈ ਹੋਈ ਸੀ ਜੋ ਉਹਦੇ ਗੋਡਿਆਂ ਤੀਕ ਆਉਂਦੀ ਸੀ ਪੈਰਾਂ 'ਚ ਉਹਨੇ ਇੱਕ ਬਹੁਤ ਹੀ ਸਟਾਈਲਿਸ਼ ਜੀ ਹਾਈ ਹੀਲ ਵਾਲੀ ਜੁੱਤੀ ਪਾਈ ਸੀ। ਉਹਦੇ ਬਹੁਤ ਜ਼ਿਆਦਾ ਮੇਕਅਪ ਨਹੀਂ ਸੀ ਕੀਤਾ ਫਿਰ ਵੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਇੱਕ ਬੈਗ 'ਚ ਉਹਨੇ ਤੌਲੀਆ, ਵਿੱਚ ਤੇ ਪਾਉਣ ਵਾਲੀਆਂ ਚੱਪਲਾਂ ਤੇ ਕੁਝ ਖਾਣ ਪੀਣ ਦਾ ਸਮਾਨ ਪਾਇਆ ਹੋਇਆ ਸੀ। ਜਿਉਂ ਹੀ ਉਹ ਆਕੇ ਵਿੱਚ ਬੈਠੀ ਦਾ ਕਾਰ ਉਹਦੇ ਪਿੰਡੇ ਤੇ ਲਾਈ ਹੋਏ ਪਰਫਿਊਮ ਦੀ ਮਹਿਕ ਨਾਲ ਭਰ ਗਈ। ਉਹਨੇ ਬੰਦੇ ਸਾਰੀ ਕਹੇ, "ਲੈਟਸ ਗੋ ਮਾਚੋ ਮੈਨ" ਦੀਪ ਨੇ ਮੁਸਕੁਰਾ ਕੇ ਕਾਰ ਤੋਰ ਲਈ ਰਸਤੇ 'ਚ ਰੀਆ ਗੱਲਾਂ ਕਰਦੀ ਰਹੀ ਪਰਦੀਪੇ ਦਾ ਧਿਆਨ ਸੜਕ 'ਚ ਹੀ ਰਿਹਾ ਇੱਕ ਦੋ ਵਾਰ ਜਦੋਂ ਨੇ ਰੀਆ ਵੱਲ ਸਿਰ ਘੁਮਾਇਆ ਤਾਂ ਓਨੇ ਦੇਖਿਆ ਕਿ ਰੀਆ ਨੇ ਨਜ਼ਰਾਂ ਉਹਦੇ ਚਿਹਰੇ 'ਤੇ ਗੱਡੀਆਂ ਹੋਈਆਂ ਸਨ ਵੈਨਕੂਵਰ ਤੋਂ ਜੈਸਨ ਨੂੰ ਨਾਲ ਲੈ ਕੇ ਉਹ 12 ਵਜੇ ਕਿਡਸ ਬੀਚ ਤੇ ਜਾ ਪਹੁੰਚੇ ਬੀਚ ਉੱਤੇ ਵਿਛਾ ਕੇ ਬੈਠਣ ਲਈ ਜੈਸ ਨੇ ਇੱਕ ਦੋ ਪੁਰਾਣੀਆਂ ਚਾਦਰਾਂ ਵੀ ਗੱਡੀ 'ਚ ਰੱਖ ਲਈਆਂ ਜਦੋਂ ਕਾਰ پارک ਕਰਕੇ ਬੀਚ ਤੇ ਪਹੁੰਚੇ ਤਾਂ ਬੀਚ ਲੋਕਾਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ ਵੈਨਕੂਵਰ ਦੀ ਇਹ ਬੀਚ ਡਾਊਨਟਾਊਨ ਨੇੜੇ ਹੋਣ ਕਰਕੇ ਬਹੁਤ ਭਰੀ ਰਹਿੰਦੀ ਹੈ ਕੱਪੜੇ ਲਾ ਕੇ ਲੋਕ ਤਾਂ ਪੇਮੁੱਦੇ ਲੰਮੇ ਪਈ ਹੋਏ ਸਨ ਬਹੁਤੀਆਂ ਗੋਰੀਆਂ ਬਿਕਨੀ ਪਹਿਨੀ ਪਿੰਡੇ ਤੇ ਸਨ ਲੋਸ਼ਨ ਲਾ ਕੇ ਘਾਹ ਤੇ ਲੰਮੀਆਂ ਪਈਆਂ ਸਨ ਜੈਸੇ ਨਾਲ ਹੋਣ ਕਰਕੇ ਦੀਪਾ ਥੋੜਾ ਸੰਗ ਰਿਹਾ ਸੀ ਜੈਸਵੀ ਦੀਪੇ ਦੀ ਸੰਗ ਤਾੜ ਗਈ ਸੀ ਇਸ ਲਈ ਉਹ ਵੀ ਉੱਚੀਆਂ ਬਿਲਡਿੰਗਾਂ ਵੱਲ ਦੇਖਦੇ ਆਂ ਥੁਰੀ ਜਾ ਰਹੀ ਸੀ ਹਾਲਾਂਕਿ ਬੀਚ ਤੇ ਇਹੋ ਜਿਹੇ ਨਜ਼ਾਰੇ ਆਮ ਹੀ ਹੁੰਦੇ ਆਂ ਉਹਨਾਂ ਨੇ ਥੋੜਾ ਪੱਧਰਾ ਜਿਹਾ ਥਾਂ ਲੱਭ ਕੇ ਚਾਦਰ ਵਿਛਾ ਲਈ। ਕੁਛੇਰ ਬੈਠ ਕੇ ਉਹ ਗੱਲਾਂ-ਬਾਤਾਂ ਕਰਦੇ ਰਹੇ ਤੇ ਨਾਲ ਲਿਆਂਦੇ ਹੋਏ ਸਨੈਕਸ ਖਾਂਦੇ ਰਹੇ। ਜੈਸ ਨੇ ਸਲੀਵਲੈਸ ਟੌਪ ਦੇ ਨਾਲ ਕੈਪਰੀ ਪਾਈ ਹੋਈ ਸੀ। ਫਿਰ ਅਚਾਨਕ ਰੀਆ, "ਲੈਟ ਮੀ ਬ੍ਰਿੰਗ ਸਮਥਿੰਗ ਟੂ ਡਰਿੰਕ" ਆਖਦੇ ਆ ਉੱਠ ਕੇ ਚਲੀ ਗਈ। ਜੈਸ ਤੇ ਦੀਪਾ ਹਲੇ ਵੀ ਪਰਿਵਾਰ ਦੀਆਂ ਗੱਲਾਂ ਕਰਦੇ ਰਹੇ। 10 ਮਿੰਟ ਬਾਅਦ ਰੀਆ ਇੱਕ ਬੇਹਰਾਂ ਦਾ ਬਕਸਾ ਲੈ ਕੇ ਵਾਪਸ ਆਈ। ਜੈਸ ਹੈਰਾਨੀ ਨਾਲ ਰੀਆ ਵੱਲ ਦੇਖਦੇ ਆ ਕਹਿਣ ਲੱਗੀ, "ਨੋ ਵੇ।" ਤੂੰ ਬੀਅਰ ਪੀਣੀ ਰੀਆ ਹੱਸ ਕੇ ਕਹਿਣ ਲੱਗੀ ਯਾ ਵਾਈ ਨਾਟ ਤੈਨੂੰ ਪਤਾ ਹੈ ਮਾਈ ਪੈਰੈਂਟਸ ਆਰ ਆਊਟ ਟੂਡੇ ਰੀਆ ਦੀਪੇ ਨੂੰ ਪੁੱਛਣ ਲੱਗੀ ਦੀਪ ਤੂੰ ਬੀਅਰ ਪੀ ਲੈਣਾ ਨਾ ਦੀਪੇ ਨੇ ਹੱਸ ਕੇ ਹਾਂ ਚ ਸਿਰ ਹਿਲਾ ਦਿੱਤਾ ਫਿਰ ਅਗਲੇ 15 ਮਿੰਟਾਂ ਚ ਦੀਪੇ ਨੇ ਇੱਕ ਤੇ ਰੀਆ ਨੇ ਦੋ ਬੀਅਰਾਂ ਦੇ ਕੈਨ ਮੁਕਾ ਦਿੱਤੇ ਰੀਆ ਹੁਣ ਪਹਿਲਾਂ ਨਾਲੋਂ ਕੁਝ ਵੱਧ ਗੱਲਾਂ ਮਾਰਨ ਲੱਗ ਪਈ ਫਿਰ ਉਹਨੇ ਅੰਗੜਾਈ ਲੈਂਦੇ ਆ ਕਿ ਲੈਟਸ ਗੋ ਇਨ ਦਾ ਵਾਟਰ ਆਮ ਗੋਇੰਗ ਟੂ ਚੇਂਜ ਇਹ ਸੁਣ ਕੇ ਜੈਸ ਕਹਿਣ ਲੱਗੀ ਮੈਂ ਤਾਂ ਇਦਾਂ ਹੀ ਚਲੇ ਜਾਣਾ ਜਾਂ ਤੂੰ ਚੇਂਜ ਕਰ ਲੈ ਰੀ ਆਊਟ ਕੇ ਦੂਰ ਬਣੇ ਹੋਏ ਓਟਿਆਂ ਉਲੇ ਚੇਂਜ ਕਰਨ ਚਲੀ ਗਈ ਜਦ ਰੀਆ ਵਾਪਸ ਆਈ ਤਾਂ ਦੀਪੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਹਦੇ ਗੁਲਾਬੀ ਰੰਗ ਦੀ ਬਹੁਤ ਹੀ ਬਰੀਕ ਜੀ ਬਿਕਨੀ ਪਾਈ ਹੋਈ ਸੀ ਉਹਦਾ ਸਰੀਰ ਹਰ ਪਾਸਿਓਂ ਐਨ ਫਿਟ ਸੀ ਦੋ ਬੀਅਰਾਂ ਪੀਤੀਆਂ ਹੋਣ ਕਰਕੇ ਉਹ ਬੜੀ ਸ਼ਰਾਬੀ ਜੀ ਚਾਲ ਨਾਲ ਉਹਨਾਂ ਵੱਲ ਆਉਂਦੀਆਂ ਮੁਸਕਰਾ ਰਹੀ ਸੀ ਦੀਪੇ ਦੀ ਨਿਗਾਹ बार-बार ਉਸ ਵੱਲ ਚਲੀ ਜਾਂਦੀ ਪਰ ਉਹ ਜੈਸ ਤੋਂ ਸੰਗ ਦਾ ਹੋਇਆ ਫਿਰ ਨੀਵੀਂ ਪਾ ਲੈਂਦਾ ਦੀਪਾ ਸਮਝ ਗਿਆ ਕਿ ਰੀਆ ਉਹਨੂੰ ਕਿਉਂ ਨਾਲ ਲਿਆਈ ਹੈ। ਅਸਲ 'ਚ ਆਪਣੀ ਵਿੱਚ ਬਿਊਟੀ ਵਾਲੀ ਫਿਗਰ ਦੇ ਦਰਸ਼ਨ ਦੀਪੇ ਨੂੰ ਵੀ ਕਰਾਉਣਾ ਚਾਹੁੰਦੀ ਸੀ। ਯੂ ਗਾਟ ਬਿਊਟੀਫੁੱਲ ਫਿਗਰ ਰੀਆ ਜੈਸ ਨੇ ਕੰਪਲੀਮੈਂਟ ਦਿੱਤਾ। ਓ ਰੀਅਲੀ? ਬਟ ਆ ਤੇਰੇ ਭਰਾ ਨੂੰ ਪਸੰਦ ਨਹੀਂ ਆਈ ਲੱਗਦੀ। ਇਹ ਤਾਂ ਨੀਵੇਂ ਪਾਈ ਬੈਠਾ ਹੈ। ਰੀਆ ਨੇ ਦੀਪੇ ਵੱਲ ਦੇਖਦੇ ਹਾਂ ਛੇੜਨ ਵਾਲੇ ਲਹਿਜੇ 'ਚ ਕਿਹਾ। ਦੀਪਾ ਮੁਸਕਰਾਉਣ ਲੱਗ ਪਿਆ। ਫਿਰ ਸੰਗਦਾ ਜਾ ਕੇ ਕਹਿਣ ਲੱਗਾ ਨਹੀਂ ਰੀਆ, ਜੈਸ ਗਲਤ ਨਹੀਂ ਕਹਿੰਦੀ ਤੇਰੀ ਫਿਗਰ ਸੱਚੀ ਬਹੁਤ ਸੋਹਣੀ ਹੈ। ਹੋ ਅੱਛਾ ਜੀ ਥੈਂਕਸ ਤੂੰ ਕੱਲਾ ਜੇਮ ਨਹੀਂ ਜਾਂਦਾ ਅਸੀਂ ਵੀ ਜਾ ਜਾਈਦਾ ਕਦੀ ਕਦੀ ਰੀਆ ਨੇ ਖੁਸ਼ੀ ਨਾਲ ਫੁੱਲਦਿਆਂ ਹੋਇਆਂ ਕਿਆ ਥੋੜਾ ਚਿਰ ਬੈਠ ਕੇ ਆਪਣੇ ਪਿੰਡੇ ਤੇ ਸਨ ਲੋਸ਼ਨ ਮਲਣ ਵਿੱਚੋਂ ਰੀਆ ਨੇ అలਾਨ ਕੀਤਾ ਮੈਂ ਜਾ ਰਹੀ ਪਾਣੀ 'ਚ ਹੂ ਵਾਂਟ ਟੂ ਗੋ ਵਿਦ ਮੀ ਦੀਪ ਨੇ ਜੈਸ ਵੱਲ ਇਸ਼ਾਰਾ ਕਰਦੇ ਕਿ ਜਾਓ ਜੈਸ ਤੁਸੀਂ ਦੋਵੇਂ ਜਾਓ ਮੈਂ ਇੱਥੇ ਕੱਪੜਿਆਂ ਕੋਲ ਬਹਿਣਾ ਜੈਸ ਤੇ ਰੀਆ ਪਾਣੀ 'ਚ ਚਲੀਆਂ ਗਈਆਂ ਦੀਪੇ ਨੇ ਆਪਣੀ ਟੀ-ਸ਼ਰਟ ਲਾ ਲਈ ਤੇ ਕੱਪੜਿਆਂ ਨੇੜੇ ਬੈਠੇ ਬੀਅਰ ਦੀਆਂ ਚੁਸਕੀਆਂ ਲੈਂਦਾ ਰਿਹਾ। 35-40 ਮਿੰਟ ਬਾਅਦ ਜਦੋਂ ਵਾਪਸ ਆਈਆਂ ਤਾਂ ਆਉਂਦੀਆਂ ਹੀ ਰੀਆ ਕਹਿਣ ਲੱਗੀ, "ਹੇ ਹੀਰੋ, ਅੱਜ ਸਨਸਕ੍ਰੀਨ ਲੋਸ਼ਨ ਲਾ ਲੈ, ਨਹੀਂ ਤਾਂ ਸਨਬਰਨ ਹੋ ਜਾਣਾ।" ਦੀਪਾ ਜਨੂ ਦੇ ਹੱਥ 'ਚੋਂ ਸਨ ਲੋਸ਼ਨ ਫੜਨ ਲੱਗਾ ਤਾਂ ਰੀਆ ਨੇ ਹੱਥ ਇੱਕਦਮ ਪਿੱਛੇ ਖਿੱਚਦਿਆਂ ਕਿਹਾ, "ਲਿਆ ਮੈਂ ਹੀ ਲਾ ਦਿੰਨੀ। ਯੂ ਡੋਨਟ ਨੋ ਹਾਊ ਟੂ ਪੁਟ ਇਟ ਔਨ।" ਨਾਲੇ ਰੱਬ ਕਰਨ ਲਈ ਤੇਰੇ ਹੱਥ ਤੇਰੇ ਬੈਗ ਤੇ ਨਹੀਂ ਜਾਣੇ ਜੈਸ ਉਹਦੇ ਇਸ ਹਰਕਤ ਤੇ ਹੱਸਦਿਆਂ ਕਹਿਣ ਲੱਗੇ ਯੂ ਨਾਟੀ ਗਰਲ ਮੇਰੇ ਬ੍ਰਦਰ ਨਾਲ ਫਲਰਟ ਕਰ ਰਹੀ ਹੈ ਰੀਆ ਹੱਸਦੀ ਹੋਈ ਦੀਪੇ ਦਾ ਜਵਾਬ ਸੁਣੇ ਬਗੈਰੀ ਉਹਦੇ ਪਿਛਾੜੀ ਚਲੀ ਗਈ ਤੇ ਉਹਦੀ ਪਿੱਠ ਤੇ ਸਨ ਲੋਸ਼ਨ ਮਲਣ ਲੱਗ ਪਈ ਧੰਨਵਾਦ ਚਲਦਾ